ਹੁਸ਼ਿਆਰਪੁਰ ਦੀ ਮੁਕੇਰੀਆਂ ਪੁਲਿਸ ਨੇ ਦੋ ਅਜਿਹੇ ਲੋਕਾਂ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ ਜੋ ਆਪਣੀ ਹੀ ਕਾਰ ਦੀ ਚੋਰੀ ਦੀ ਰਿਪੋਰਟ ਦਰਜ ਕਰਵਾ ਕੇ ਉਸ ਨੂੰ ਜਾਲੀ ਨੰਬਰ ਦੀ ਪਲੇਟ ਲਗਵਾ ਕੇ ਚਲਾ ਰਹੇ ਸੀ। ਉਹਨਾਂ ਵੱਲੋਂ ਬੈਂਕ ਦੀ ਕਿਸ਼ਤ ਵੀ ਦੇਣੀ ਬੰਦ ਕਰ ਦਿੱਤੀ ਗਈ ਕਿਉਂਕਿ ਉਹ ਇੰਸ਼ੋਰੈਂਸ ਕੰਪਨੀ ਨੂੰ ਵੀ ਚੂਨਾ ਲਗਾਉਣ ਦੀ ਫਿਰਾਕ ਵਿੱਚ ਸੀ। ਇਸ ਭੇਤ ਤੋਂ ਪਰਦਾ ਤਦ ਖੁੱਲ੍ਹਿਆ ਜਦੋਂ ਨਾਕੇ ਦੌਰਾਨ ਪੁਲਿਸ ਵੱਲੋਂ ਕਾਰ ਦੇ ਪੇਪਰ ਮੰਗੇ ਗਏ ਅਤੇ ਕਾਰ ਦਾ ਨੰਬਰ ਜਾਲੀ ਲਗਾਉਣ ਦਾ ਵੀ ਪਤਾ ਚੱਲ ਗਿਆ। ਫਿਲਹਾਲ ਦੋਵੇਂ ਦੋਸ਼ੀ ਜੇਲ੍ਹ ਦੀ ਹਵਾ ਖਾ ਰਹੇ ਹਨ ਅਤੇ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਪੇਪਰ ਇੱਕ ਗਾੜੀ ਆਈ ਭਰਨਾ ਜਿਸ ਪੇ ਨੰਬਰ HP39A0010 ਲਗਾ ਹੁਆ ਥਾ। ਜਬ ਉਸ ਗਾੜੀ ਕੋ ਪੇਪਰ ਮੰਗੇ ਗਏ ਚੈਕਿੰਗ ਕੇ ਦੌਰਾਨ ਤੋ ਡਰਾਈਵਰ ਨੇ ਜੋ ਉਸਕੋ ਚਲਾ ਰਿਹਾ ਥਾ ਸੁਖਦੇਵ ਕੌਸ਼ਲ, ਉਸਨੇ ਕੋਈ ਵੀ ਕਾਗਜ਼ ਉਸਕਾ ਨਹੀਂ ਦਿਖਾਇਆ। ਤੋ ਉਸਕੋ ਵਾਹਨ ਐਪ ਪੇ ਚੈੱਕ ਕਰਨੇ ਪਰ ਜੋ ਜੇ ਗਾੜੀ ਹੈ ਇਸਕਾ ਅਸਲੀ ਨੰਬਰ ਜੋ ਨਿਕਲਾ ਹੈ PV07A22221 ਇਹ ਨਿਕਲਾ ਔਰ ਇਸਕਾ ਅਸਲੀ ਮਾਲਿਕ ਜੋ ਹੈ ਵੋ ਮਹਿੰਦਰ ਸਿੰਘ ਬਾਸੀ ਦਸੂਆ ਨਿਕਲਾ ਹੈ। ਇਸਕੀ ਜਬ ਬਰੀਕੀ ਸੇ ਇਸਕੀ ਪੁੱਛਤਾਛ ਹੋਈ ਤੋ ਪਤਾ ਚਲਾ ਕਿ ਇਨ ਦੋਨੋਂ ਨੇ ਦੋਨੋਂ ਦੋਸਤ ਹੈ ਜੀ ਇਹਨੇ ਇੱਕ ਆਪਣੇ ਸੋਚੀ ਸਮਝੀ ਸਾਜ਼ਿਸ਼ ਕੇ ਤਹਿਤ ਇੱਕ FIR ਥਾਣਾ ਡਿਵੀਜ਼ਨ ਨੰਬਰ 6 ਜਲੰਧਰ ਮੇਂ ਦਰਜ ਕਰਵਾ ਦੀ ਥੀ ਜਨਵਰੀ ਮਹੀਨੇ ਮੇਂ ਕਿ ਗਾੜੀ ਹਮਾਰੀ ਚੋਰੀ ਹੋ ਗਈ ਹੈ। ਵਹਾਂ ਸੇ ਇਹਨੇ ਇੱਕ ਤੋਂ ਇੰਸ਼ੋਰੈਂਸ ਕਲੇਮ ਲੈਣਾ ਥਾ ਔਰ ਇੱਕ ਆਗੇ ਸੇ ਗਾੜੀ ਕੀ ਜੋ ਕਿਸ਼ਤਾਂ ਸੀ ਲੋਨ ਕੀ ਵੋ ਦੇਣੀ ਬੰਦ ਕਰ ਦੀ ਥੀ ਔਰ ਗਾੜੀ ਇਹ ਆਪਣੇ ਨਿੱਜੀ ਕੰਮ ਕੇ ਲਈ ਇਸਤੇਮਾਲ ਕਰ ਰਹੇ ਥੇ। ਤੋ ਇਸ ਪੇ ਹਮਨੇ FIR ਨੰਬਰ 167 ਅੰਡਰ ਸੈਕਸ਼ਨ 482, 379 ਔਰ 411 IPC ਦਰਜ ਕਰ ਦੀ ਹੈ ਔਰ ਇਸਕੀ ਇਨਵੈਸਟੀਗੇਸ਼ਨ ਜਾਰੀ ਹੈ।